ਪੰਡਤਾਂ ਦੀ ਹੱਟੀ, ਪੰਡਤਾਂ ਦੀ ਹੱਟੀ ਸ਼ਹਿਰ ਭਦੌੜ ਜੀ, ਪੁਰੀਆਂ ਵਾਲਾ ਬਾਜ਼ਾਰ ਹੈ ਜਿੱਥੇ ਸੇਲ ਮੇਲਾ ਲੱਗਿਆ। ਲੋਹੜੀ ਤੱਕ ਮਾਰੋ ਮਾਰ ਕਰਦੀ ਸੇਲ ਚੱਲਣੀ ਹੈ, ਸ਼ਾਨਦਾਰ ਸੇਲ ਲੱਗੀ ਵੀ ਹੈ। ਹਰ ਸੂਟ, ਹਰ ਚੀਜ਼, ਹਰ ਵਰਾਇਟੀ ਪੰਜਾਬ ਦੀਆਂ ਸਾਰੀਆਂ ਮਾਰਕੀਟਾਂ ਨਾਲ ਸਸਤੀ ਵੇਚ ਰਹੇ ਹਾਂ। ਸੋ ਦੂਰ ਦੂਰ ਤੋਂ ਮੇਰੀਆਂ ਭੈਣਾਂ, ਮੇਰੇ ਵੀਰ ਆ ਕੇ ਪੰਜਾਬ ਪੰਡਤਾਂ ਦੀ ਹੱਟੀ ਤੋਂ ਖਰੀਦਦਾਰੀ ਕਰਦੇ ਆ। ਸਾਰੇ ਭੈਣ ਭਰਾਵਾਂ ਦੇ ਸ਼ੁਕਰਗੁਜ਼ਾਰ ਹਾਂ, ਧੰਨਵਾਦੀ ਹਾਂ, ਜਿਹੜੇ ਵੀ ਪੰਡਤਾਂ ਦੀ ਹੱਟੀ ਤੋਂ ਖਰੀਦਦਾਰੀ ਕਰਦੇ ਆ, ਜਿਹੜੇ ਪੰਡਤਾਂ ਦੀ ਹੱਟੀ ਨੂੰ ਆਪਣਾ ਸਾਥ ਅਤੇ ਸਹਿਯੋਗ ਦਿੰਦੇ ਆ, ਬੜੀ ਮਿਹਰਬਾਨੀ ਜੀ। ਹਰ ਦਿਨ ਨਵੀਂ ਨਵੀਂ ਵਰਾਇਟੀ ਭਾਲ ਕੇ ਲੈ ਕੇ ਆਉਂਦੇ ਹਾਂ, ਬਹੁਤ ਮੰਦੇ ਰੇਟਾਂ 'ਤੇ ਵੇਚਣ ਦੀ ਕੋਸ਼ਿਸ਼ ਕਰਦੇ ਹਾਂ। ਉਸੇ ਲੜੀ ਦੇ ਵਿੱਚ ਅੱਜ ਇੱਕ ਹੋਰ ਸ਼ਾਨਦਾਰ ਵਰਾਇਟੀ ਲੈ ਕੇ ਆਏ ਹਾਂ। ਪਹਿਲਾਂ ਵੇਚੀ ਸੀ ਮਾਲ, ਪਹਿਲਾਂ ਸਾਰਾ ਖਤਮ ਹੋ ਗਿਆ ਸੀ, ਸੋ ਦੁਬਾਰੇ ਮਾਲ ਆ ਗਿਆ ਜੀ। ਮਾਰਕੀਟ ਦੇ ਵਿੱਚ 2200, 2300, 2000, 1800 ਇਸ ਤਰ੍ਹਾਂ ਰੇਟ ਹੈ। ਨੈਚੁਰਲ ਕਰੇਵ ਹੈ, ਸ਼ਾਨਦਾਰ ਸੂਟ ਹੈ, ਪੰਡਤਾਂ ਦੀ ਹੱਟੀ ਹੈ, ਸ਼ਹਿਰ ਭਦੌੜ ਹੈ ਜੀ, ਪੁਰੀਆਂ ਵਾਲਾ ਬਾਜ਼ਾਰ ਹੈ। ਮਾਰਕੀਟ ਦੇ ਵਿੱਚ ਜਿਸਪਾ ਮਰਜ਼ੀ ਵੇਖਦਾ, ਦੁਪੱਟਾ ਕਹਿੰਦਾ ਇਹਦੇ ਨਾਲ ਚਨੂਨ ਦਾ ਦੁਪੱਟਾ ਨਾਲ ਸੋਹਣਾ ਜਿਹਾ ਸੂਟ ਹੈ, ਸੋਹਣੀ ਜਿਹੀ ਕਢਾਈ ਹੈ, ਕੱਪੜਾ ਵਧੀਆ ਹੈ, ਪੰਡਤਾਂ ਦੀ ਹੱਟੀ ਹੈ, ਜਿੱਥੇ ਲੱਗਿਆ ਸੇਲ ਮੇਲਾ। ਮਾਰਕੀਟ ਵਿੱਚ ਜਿਸਪਾ ਮਰਜ਼ੀ ਵਿਕਦਾ, ਪਰ ਪੰਡਤਾਂ ਦੀ ਹੱਟੀ 'ਤੇ 1195 ਰੁਪਏ ਦਾ ਸੂਟ ਦੇਵਾਂਗੇ। 1195 ਰੁਪਏ ਦੇ ਵਿੱਚ ਦੁਬਾਰੇ ਮਾਲ ਆ ਗਿਆ ਜੀ, ਜਮ੍ਹਾਂ ਮੁੱਕ ਗਿਆ ਸੀ। ਬਹੁਤ ਸਾਰੀਆਂ ਮੇਰੀਆਂ ਭੈਣਾਂ ਮੁੜ ਕੇ ਗਈਆਂ, ਉਹਨਾਂ ਨੂੰ ਵੀ ਬੇਨਤੀ ਹੈ ਤੁਸੀਂ ਹੁਣ ਖਰੀਦ ਸਕਦੇ ਹੋ। 1-2 ਦਿਨ ਹੀ ਕੱਟਦੇ ਆ ਸੂਟ, ਉਦੋਂ ਬਾਅਦ ਇਹ ਖਤਮ ਹੋ ਜਾਂਦੇ ਆ। ਬਹੁਤ ਸੋਹਣੇ ਸੂਟ ਹੈ, ਰੇਟ ਬਹੁਤ ਮੰਦਾ, 1195। ਫੋਟੋਆਂ ਵਿੱਚ ਪਾਈ ਹੈ ਪੁੱਤ, 1195 ਰੁਪਈਏ ਬਹੁਤ ਸੋਹਣੇ ਸੂਟ, ਪੰਡਤਾਂ ਦੀ ਹੱਟੀ ਦੁਪੱਟਾ ਦਿਖਾਓ ਜੀ ਦਾ, ਬਹੁਤ ਸ਼ਾਨਦਾਰ ਸੂਟ ਹੈ। ਭੈਣਾਂ ਭਰਾਵਾਂ ਦੇ ਵੱਧ ਤੋਂ ਵੱਧ ਰੱਜ ਰੱਜ ਫਾਇਦੇ ਕਰਦੇ ਹਾਂ, ਜਿੰਨਾ ਹੋ ਸਕੇ ਸਸਤਾ ਵੇਚਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਿ ਹਰ ਮੇਰੀ ਭੈਣ ਇਹ ਸੂਟ ਖਰੀਦ ਸਕੇ। ਵਿਆਹ ਸ਼ਾਦੀ ਦੇ ਵਿੱਚ ਫੰਕਸ਼ਨਾਂ 'ਚ ਪਹਿਨਣ ਵਾਲੇ ਸੂਟ ਹੈ, ਕੱਪੜਾ ਵਧੀਆ, ਕਢਾਈ ਸੋਹਣੀ ਹੈ, ਦੁਪੱਟੇ ਸੋਹਣੇ ਲੱਗੇ ਨਾਲ। ਠੀਕ ਆ, ਦੁਪੱਟਾ ਚਨੂਨ ਦਾ ਹੀ ਦੁਪੱਟਾ ਜੀ, ਬਹੁਤ ਸੋਹਣਾ ਦੁਪੱਟਾ ਲੱਗਿਆ, ਕਢਾਈ ਸੋਹਣੀ ਹੈ, ਦੇਖੋ ਕਿੰਨਾ ਸ਼ਾਨਦਾਰ ਸੂਟ ਹੈ। 1195 ਪੰਡਤਾਂ ਦੀ ਹੱਟੀ ਜੀ, ਰੰਗ ਸੋਹਣੇ ਹੈ, ਕਢਾਈਆਂ ਸੋਹਣੀਆਂ, ਸੂਟ ਸੋਹਣੇ ਹੈ, ਚੁੰਨੀਆਂ ਸੋਹਣੀਆਂ, ਪੰਡਤਾਂ ਦੀ ਹੱਟੀ ਹੈ, ਸ਼ਹਿਰ ਭਦੌੜਾ, ਪੁਰੀਆਂ ਵਾਲਾ ਬਾਜ਼ਾਰ ਹੈ। ਬੰਬ ਬਲਾਸਟ, ਲੋਹੜੀ ਧਮਾਕਾ ਸੇਲ, ਪੰਡਤਾਂ ਦੀ ਹੱਟੀ ਲੋਹੜੀ ਤੱਕ ਸੇਲ ਚੱਲਣੀ ਹੈ ਜੀ, ਮਾਰੋ ਮਾਰ ਕਰਦੀ। 1195 ਰੁਪਏ ਦੇ ਵਿੱਚ ਜਿੰਨੇ ਮਰਜ਼ੀ ਲੈ ਜਾਓ ਸੂਟ, 2-4 ਦਿਨ ਕੱਟਦੇ ਆ ਸੂਟ, ਉਦੋਂ ਬਾਅਦ ਇਹ ਮੁੱਕ ਜਾਂਦੇ ਆ, ਸੋ ਆਉਂਦੇ ਆ ਅਨੁਸਾਰ ਹੀ ਵਿਕ ਜਾਂਦੇ ਆ। ਜਿਹਨਾਂ ਭੈਣ ਭਰਾਵਾਂ ਨੇ ਸੂਟ ਖਰੀਦਣੇ ਆ, ਜਿਹਨਾਂ ਨੇ ਆਨਲਾਈਨ ਮੰਗਵਾਉਣੇ ਤਾਂ ਹੁਣੇ ਬੁੱਕ ਕਰਾ ਦਿਓ, ਜਿਹਨਾਂ ਨੇ ਪੰਡਤਾਂ ਦੀ ਹੱਟੀ 'ਤੇ ਆਉਣਾ 1-2 ਦਿਨਾਂ ਦੇ ਵਿੱਚ ਆ ਜਾਓ ਜੀ। ਬਹੁਤ ਸੋਹਣੇ ਸੂਟ ਹੈ, ਕੋਈ ਛੱਡਣ ਵਾਲਾ ਤਾਂ ਹੈ ਹੀ ਨਹੀਂ, ਇੰਨੀ ਸ਼ਾਨਦਾਰ ਕਢਾਈ ਹੈ, ਇੰਨੇ ਸੋਹਣੇ ਸੂਟ ਹੈ। 1195 ਰੁਪਈਏ ਰੇਟ ਬਹੁਤ ਮੰਦਾ ਰੱਖਿਆ, ਬਹੁਤ ਸਸਤਾ ਰੱਖਿਆ, ਸੂਟ ਬਹੁਤ ਸੋਹਣੇ ਆ, ਵਿਆਹਾਂ ਦੇ ਵਿੱਚ, ਜਾਗੋ ਦੇ ਵਿੱਚ ਪਹਿਨਣ ਵਾਲੇ ਸੂਟ ਹੈ, ਬੜੇ ਸੋਹਣੇ ਸੂਟ ਆਏ ਆ ਜੀ, ਬਹੁਤ ਸੋਹਣੀਆਂ ਕਢਾਈਆਂ ਆਈਆਂ, ਪੰਡਤਾਂ ਦੀ ਹੱਟੀ 'ਤੇ ਲੱਗਿਆ ਸੇਲ ਮੇਲਾ, ਦੂਰੋਂ ਦੂਰੋਂ ਮੇਰੀਆਂ ਭੈਣਾਂ, ਮੇਰੇ ਵੀਰ ਆ ਕੇ ਪੰਡਤਾਂ ਦੀ ਹੱਟੀ ਤੋਂ ਖਰੀਦਦਾਰੀ ਕਰ ਰਹੇ ਆ। ਸੋ ਆਓ ਜੀ, ਜੀ ਆਇਆਂ ਨੂੰ ਪੰਡਤਾਂ ਦੀ ਹੱਟੀ, ਸ਼ਹਿਰ ਭਦੌੜ ਜੀ। ਦੁਪੱਟੇ ਸੋਹਣੇ ਆ, ਸੂਟ ਸੋਹਣੇ ਆ, ਕਢਾਈਆਂ ਸੋਹਣੀਆਂ, ਸੂਟ ਹੰਢਣ ਵਾਲੇ ਆ, ਠੱਗੀ ਬੇਈਮਾਨੀ ਕੋਈ ਕਰਦੇ ਨਹੀਂ, ਓਹਲਾ ਪੜਦਾ ਕੋਈ ਰਹਿਣ ਨਹੀਂ ਦਿੰਦੇ,
ਸਾਫ਼ ਸੁਥਰੀ ਦੁਕਾਨਦਾਰੀ ਹੈ, ਸੱਚੋ ਸੱਚ ਦੀ ਦੁਕਾਨਦਾਰੀ, ਪੰਡਤਾਂ ਦੀ ਹੱਟੀ ਸ਼ਹਿਰ ਪਦੋ। ਪੂਰਾ ਤੋਲਣਾ, ਸੱਚ ਬੋਲਣਾ, ਨਾ ਕੋਈ ਠੱਗੀ, ਨਾ ਕੋਈ ਬੇਈਮਾਨੀ, ਸਾਫ਼ ਸੁਥਰੀ ਦੁਕਾਨਦਾਰੀ, ਥੋੜ੍ਹੀ ਕਰਦੇ ਹਾਂ ਕਮਾਈ, ਸਬਰ ਦੀ ਖਾਂਦੇ ਹਾਂ ਰੋਟੀ। ਸ਼ਾਨਦਾਰ ਕੱਪੜਾ ਖਰੀਦੋ, ਵਧੀਆ ਖਰੀਦੋ, ਸਸਤੇ ਰੇਟਾਂ 'ਤੇ ਲੈ ਕੇ ਜਾਓ। ਤਕਰੀਬਨ ਅੱਧੇ ਰੇਟਾਂ 'ਤੇ ਵੇਚ ਰਹੇ ਹਾਂ, ਇਕੱਲੀਆਂ ਕਹਿਣ ਦੀਆਂ ਗੱਲਾਂ ਨਹੀਂ, ਜਿਵੇਂ ਬੋਲਦੇ ਹਾਂ ਉਵੇਂ ਹੀ ਵੇਚਦੇ ਹਾਂ। ਕੋਈ ਵੀ ਮੇਰਾ ਵੀਰ ਮੇਰੀ ਭੈਣੇ ਨਹੀਂ ਕਹਿ ਸਕਦੀ ਵੀ ਪੰਡਤਾਂ ਦੀ ਹੱਟੀ ਵਾਲੇ ਝੂਠ ਬੋਲਦੇ ਆ। ਸੱਚੋ ਸੱਚ ਦੀ ਦੁਕਾਨਦਾਰੀ ਕਰਦੇ ਹਾਂ, ਸੱਚੋ ਸੱਚ ਦਾ ਵਪਾਰ ਕਰਦੇ ਹਾਂ, ਕੋਈ ਠੱਗੀ, ਕੋਈ ਬੇਈਮਾਨੀ ਨਹੀਂ। ਨਾਲ ਬਾਹਾਂ ਕੱਢੀਆਂ ਜੀ, ਘੇਰਾ ਕੱਢਿਆ, ਗਲੇ 'ਤੇ ਕਢਾਈ ਹੋਈ ਆ, ਬਹੁਤ ਸੋਹਣੀ ਕਢਾਈ ਹੋਈ ਹੈ, 1195 ਰੁਪਏ ਦੇ ਵਿੱਚ ਹੀ ਸੁੱਟ ਜਾਣਾ। ਦੁਪੱਟਾ ਬਹੁਤ ਸੋਹਣਾ ਲੱਗਿਆ, ਨਾਲ ਬਹੁਤ ਸੋਹਣੀ ਕਢਾਈ ਹੈ, ਚਨੂਨ ਦਾ ਦੁਪੱਟਾ ਹੈ। ਰੇਟ ਮੁੱਲ 1195, 2022 ਤੋਂ ਘੱਟ ਮਿਲਦੇ ਹੀ ਨਹੀਂ ਸੂਟ ਕਿਤੋਂ। ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ, ਜਿਨ੍ਹਾਂ ਨੇ ਸੂਟ ਲੈਣੇ ਹੁੰਦੇ ਨਾ, ਤੇਜ਼ੀ ਨਾਲ ਆ ਜਾਇਆ ਕਰੋ, ਕਿਉਂਕਿ ਇਹ ਤੇਜ਼ੀ ਨਾਲ ਹੀ ਵਿਕਦੇ ਆ, ਬਹੁਤ ਫਾਸਟ ਸੇਲ ਆ ਇਹਨਾਂ ਦੀ, ਆਉਣ ਸਾਰ ਹੀ ਵਿਕ ਜਾਂਦੇ ਆ। ਜਿਨ੍ਹਾਂ ਭੈਣਾਂ ਭਰਾਵਾਂ ਨੇ ਘਰ ਬੈਠੇ ਨੇ ਮੰਗਵਾਉਣੇ ਆ, ਫੋਨ ਚੱਕੋ, ਆਪਦੇ ਸੂਟ ਬੁੱਕ ਕਰਾ ਲਓ ਜੀ, ਕਿਉਂ ਇੱਕ ਦੋ ਦਿਨਾਂ 'ਚ ਸੂਟ ਵਿਕ ਜਾਂਦੇ ਆ। ਸੋ ਬਾਅਦ ਦੇ ਵਿੱਚ ਕਈ ਭੈਣਾਂ ਕਹਿੰਦੀਆਂ, ਬਾਈ ਅਸੀਂ ਸੂਟ ਲੈਣੇ ਸੀ, ਇਹ ਤੁਸੀਂ ਪਹਿਲਾਂ ਹੀ ਵੇਚਦੇ, ਖਰੀਦਣ ਵਾਲਿਆਂ ਨੇ ਖਰੀਦ ਲੈਣੇ ਜੀ, ਨਾਲ ਦੀ ਨਾਲ ਹੀ ਵਿਕ ਜਾਂਦੇ ਆ। ਹੁਣ ਸਾਹਿਬ ਰੰਗ ਸੋਹਣੇ ਆ, ਡਿਜ਼ਾਇਨ ਸੋਹਣੇ ਆ, ਕਢਾਈਆਂ ਸੋਹਣੀਆਂ, ਬਹੁਤ ਸੋਹਣਾ ਕੱਪੜਾ ਲੱਗਿਆ। ਪੰਡਤਾਂ ਦੀ ਹੱਟੀ 'ਤੇ ਸੇਲ ਮੇਲਾ ਲੱਗਿਆ, ਲੋਹੜੀ ਤੱਕ ਮਾਰੋ ਮਾਰ ਕਰਦੀ ਸੇਲ ਚੱਲਣੀ ਹੈ। ਹਰ ਦਿਨ ਨਵੀਂ ਨਵੀਂ ਕਢਾਈ, ਨਵੇਂ ਨਵੇਂ ਸੂਟ, ਨਵੀਂ ਨਵੀਂ ਵਰਾਇਟੀ ਹਰ ਦਿਨ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਆਉਂਦੇ। ਸੋ ਅੱਜ ਬਹੁਤ ਸਾਰੀਆਂ ਭੈਣਾਂ 95 ਰੁਪਏ ਵਾਲੇ ਸ਼ੋਲਾਂ ਨੂੰ ਮੁੜ ਕੇ ਗਈਆਂ, ਉਹਨਾਂ ਸਾਰੀਆਂ ਭੈਣਾਂ ਨੂੰ ਬੇਨਤੀ ਹੈ, ਸ਼ਾਮ ਨੂੰ 95 ਰੁਪਏ ਵਾਲੇ ਸ਼ੋਲ ਆ ਕੇ ਮਾੜਾ ਕੈਮਰਾ ਮਾਰ ਦਿਓ। ਜਿਹੜੀਆਂ ਭੈਣਾਂ ਮੁੜ ਕੇ ਗਈਆਂ ਨੇ ਉਹ ਆ ਕੇ ਲਿਜਾ ਸਕਦੀਆਂ, ਕੱਲ੍ਹ ਨੂੰ 95 ਰੁਪਏ ਵਾਲੇ ਸ਼ੋਲ ਆ ਗਏ, ਉਹ ਆ ਕੇ ਖਰੀਦਦਾਰੀ ਕਰ ਸਕਦੀਆਂ, ਲਿਜਾ ਸਕਦੀਆਂ ਜੀ। ਬਹੁਤ ਸਾਰੀਆਂ ਭੈਣਾਂ ਮੁੜ ਕੇ ਗਈਆਂ, ਉਦੋਂ ਸ਼ੋਲ ਮੁੱਕ ਗਏ ਸੀਗੇ। ਲਓ ਜੀ 1195 ਰੁਪਈਏ, ਸੋਹਣੇ ਸੋਹਣੇ ਸੂਟ ਪੰਡਤਾਂ ਦੀ ਹੱਟੀ, ਪੰਡਤਾਂ ਦੀ ਹੱਟੀ 'ਤੇ ਸ਼ਾਨਦਾਰ ਕੱਪੜਾ, ਸ਼ਾਨਦਾਰ ਵਰਾਇਟੀ, ਸ਼ਾਨਦਾਰ ਕਢਾਈਆਂ, ਸੋਹਣੇ ਸੋਹਣੇ ਸੂਟ, ਸੋਹਣੀਆਂ ਸੋਹਣੀਆਂ ਚੁੰਨੀਆਂ ਅੱਧੇ ਰੇਟਾਂ ਦੇ ਵਿੱਚ ਵੇਚੇ ਜਾ ਰਹੇ ਆ। ਕਿੰਨੀ ਸ਼ਾਨਦਾਰ ਕਢਾਈ ਹੈ ਦੇਖੋ, ਨੈਚੁਰਲ ਕਲੇ ਦਾ ਸੂਟ ਹੈ, 2022 ਤੋਂ ਘੱਟ ਨਹੀਂ ਮਿਲਦਾ ਇੱਥੇ, 1195 ਦਾ ਮਿਲੂ। ਦੁਪੱਟੇ ਸੋਹਣੇ ਹੈ, ਕਢਾਈਆਂ ਸੋਹਣੀਆਂ, ਕੱਪੜਾ ਤਾਂ ਵਧੀਆ ਹੈਗਾ ਹੀ ਹੈ। ਪੰਡਤਾਂ ਦੀ ਹੱਟੀ ਆ, ਤੁਹਾਡੀ ਆਪਣੀ ਹੱਟੀ ਆ, ਨਾ ਕੋਈ ਠੱਗੀ, ਨਾ ਕੋਈ ਬੇਈਮਾਨੀ, ਸਾਫ਼ ਸੁਥਰੀ ਦੁਕਾਨਦਾਰੀ, 1195 ਰੁਪਈਏ ਦੇ ਵਿੱਚ ਲੈ ਕੇ ਜਾਓ। ਸੋਹਣੇ ਸੋਹਣੇ ਸੂਟ ਦੇਵਾਂਗੇ, ਵਿਆਹਾਂ ਸ਼ਾਦੀਆਂ 'ਚ, ਫੰਕਸ਼ਨਾਂ 'ਚ ਪਹਿਨਣ ਵਾਲੇ, ਜਾਗੋ 'ਤੇ ਪਹਿਨਣ ਵਾਲੇ, ਸੋ ਜਾਗੋ ਗਿੱਧੇ 'ਤੇ ਪਹਿਨਣ ਵਾਲੇ ਸੂਟ ਹੈ, ਬਹੁਤ ਸੋਹਣੇ ਸੂਟ ਹੈ। 1195 ਰੁਪਈਏ ਰੇਟ, ਕੁਛ ਵੀ ਨਹੀਂ ਰੱਖਿਆ, ਅੱਧ ਰੇਟ ਦੇ ਵਿੱਚ ਵੇਚ ਰਹੇ ਹਾਂ, ਸੋਹਣੇ ਸੂਟ ਹੈ, ਦੁਪੱਟੇ ਸੋਹਣੇ ਆ। ਆਹ ਵੀ ਦੁਪੱਟਾ ਖੋਲ੍ਹਦੇ, ਬਹੁਤ ਸੋਹਣਾ ਦੁਪੱਟਾ ਲੱਗਿਆ ਨਾਲ, ਕੋਈ ਛੱਡਣ ਵਾਲਾ ਨਹੀਂ, ਕੋਈ ਨਿੰਦਣ ਵਾਲਾ ਨਹੀਂ, ਸੂਟ ਸੋਹਣੇ ਹੈ, ਕੱਪੜਾ ਵਧੀਆ, ਦੁਪੱਟੇ ਸੋਹਣੇ, ਚੁੰਨੀਆਂ ਸੋਹਣੀਆਂ ਲੱਗੀਆਂ ਨਾਲ। ਰੇਟ ਮੁੱਲ ਬਹੁਤ ਮਿੱਠਾ, ਜਗਮਗ ਜਗਮਗ ਕਰਦੇ ਸੂਟ ਹੈ ਪੰਡਤਾਂ ਦੀ ਹੱਟੀ 'ਤੇ। ਸੋ ਜਿਵੇਂ ਕਹਿੰਦਾ ਹੁੰਦਾ ਮਨਜੋਤ, ਕਹਿੰਦਾ ਹੁੰਦਾ ਓਕੇ ਰਿਪੋਰਟ।
ਓਕੇ ਰਿਪੋਰਟਾਂ ਨੇ ਜੀ ਪੰਡਤਾਂ ਦੀ ਹੱਟੀ ਦੀਆਂ, ਵਧੀਆ ਵੇਚਦੇ ਆ, ਸਸਤੇ ਰੇਟਾਂ ਤੇ ਵੇਚਦੇ ਆ। ਲਓ ਜੀ ਕਿੰਨੇ ਸੋਹਣੇ ਸੂਟ ਆ, ਕਿੰਨੇ ਸੋਹਣੇ ਰੰਗ ਆ, 1195 ਅੱਧ ਰੇਟ ਦੇ ਵਿੱਚ ਲੈ ਕੇ ਜਾਓ, 1195। ਜਿਨ੍ਹਾਂ ਨੇ ਲੋਹੜੀਆਂ ਵੰਡਣੀਆਂ, ਸ਼ਗਨ ਮਨਾਉਣੇ ਆ, ਜਿਨ੍ਹਾਂ ਨੇ ਮਾਘ ਦੇ ਵਿਆਹ ਰੱਖੇ ਆ, ਜਿਨ੍ਹਾਂ ਨੇ ਨਾਨਕ ਛੱਕਾਂ ਭਰਨੀਆਂ, ਪੰਡਤਾਂ ਦੀ ਹੱਟੀ 'ਤੇ ਆ ਜਾਓ, ਅੱਧੇ ਮੁੱਲ ਦੇ ਵਿੱਚ ਦੇਵਾਂਗੇ, ਵਧੀਆ ਸ਼ਾਨਦਾਰ ਸੂਟ ਦੇਵਾਂਗੇ, ਅੱਧ ਰੇਟਾਂ ਦੇ ਵਿੱਚ ਖਰੀਦਣਾ, ਪੰਡਤਾਂ ਦੀ ਹੱਟੀ 'ਤੇ ਆ ਜਾਓ, ਅੱਖਾਂ ਮੀਚ ਕੇ ਆ ਜਾਓ, ਕੋਈ ਬੇਈਮਾਨੀ ਨਹੀਂ, ਕੋਈ ਠੱਗੀ ਨਹੀਂ, ਕੋਈ ਝੂਠ ਨਹੀਂ, ਕੋਈ ਤੂਫਾਨ ਨਹੀਂ, ਸੱਚੋ ਸੱਚ ਦੀ ਦੁਕਾਨਦਾਰੀ ਹੈ, ਸਾਫ਼ ਸੁਥਰਾ ਵਪਾਰ ਕਰਦੇ, ਕਿਸੇ ਨਾਲ ਕੋਈ ਠੱਗੀ ਨਹੀਂ ਮਾਰਦੇ, ਕੋਈ ਬੇਈਮਾਨੀ ਨਹੀਂ ਕਰਦੇ। ਸੱਚ ਬੋਲਦੇ ਆ, ਪੂਰਾ ਤੋਲਦੇ ਆ, ਉਹਲੇ ਪੜਦੇ ਰਹਿਣ ਨਹੀਂ ਦਿੰਦੇ, ਬਹੁਤੇ ਪੈਸੇ ਕਿਸੇ ਨੂੰ ਲੈਣ ਨਹੀਂ ਦਿੰਦੇ, ਨਾ ਬਹੁਤੇ ਪੈਸੇ ਲਈਏ ਅਤੇ ਨਾ ਕਿਸੇ ਨੂੰ ਲੈਣ ਦਈਏ। ਸਾਡੀਆਂ ਵੀਡੀਓ ਦੇਖੋ, ਸਾਡੀਆਂ ਵੀਡੀਓ ਸ਼ੇਅਰ ਕਰੋ, ਤਾਂ ਕਿ ਤੁਹਾਡੇ ਨਾਲ ਨਾਲ ਤੁਹਾਡੇ ਭੈਣ ਭਰਾਵੇ, ਸਕੇ ਸੰਬੰਧੀਆਂ ਦੇ, ਦੋਸਤ ਮਿੱਤਰਾਂ ਦੇ, ਰਿਸ਼ਤੇਦਾਰਾਂ ਦੇ ਫਾਇਦੇ ਹੋਣ। ਪੰਡਤਾਂ ਦੀ ਹੱਟੀ ਇੰਸਟਾਗ੍ਰਾਮ 'ਤੇ ਸਾਡੀਆਂ ਰੀਲਾਂ ਆਉਂਦੀਆਂ, ਯੂਟਿਊਬ 'ਤੇ ਵੀਡੀਓ ਆਉਂਦੀਆਂ, ਸੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ, ਇੰਸਟਾਗ੍ਰਾਮ 'ਤੇ ਫੋਲੋ ਕਰੋ ਜੀ, ਯੂਟਿਊਬ 'ਤੇ ਫੋਲੋ ਕਰੋ, ਪੰਡਤਾਂ ਦੀ ਹੱਟੀ ਦੀਆਂ ਵੀਡੀਓ ਦੇਖੋ, ਘਰੇ ਬੈਠਿਆਂ ਦੇ ਫਾਇਦੇ ਹੋਣਗੇ, ਰੇਟਾਂ ਦਾ ਲੱਗੂਗਾ ਪਤਾ, ਘਰੇ ਬੈਠਿਆਂ ਨੂੰ ਰੇਟ ਦੱਸਾਂਗੇ, ਕਿਹੜੇ ਕੱਪੜੇ ਦਾ ਕੀ ਰੇਟ ਹੈ, ਅਤੇ ਲੋਕ ਕਿੰਨੇ ਪੈਸੇ ਲੈ ਰਹੇ ਹੈ, ਅਸੀਂ ਕਿੰਨੇ ਪੈਸੇ ਘੱਟ ਲੈ ਰਹੇ ਹਾਂ ਲੋਕਾਂ ਤੋਂ, ਘਰੇ ਬੈਠਿਆਂ ਦੇ ਫਾਇਦੇ ਹੋਣੇ ਆ, ਸਭ ਦੇ ਰੇਟ ਪਤਾ ਲੱਗਣੇ ਆ। ਪੰਡਤਾਂ ਦੀ ਹੱਟੀ ਆ ਜੀ, ਸੋਹਣੇ ਸੋਹਣੇ ਸੂਟ ਹੈ, ਸੋਹਣੀਆਂ ਸੋਹਣੀਆਂ ਚੁੰਨੀਆਂ, 1195 ਰੁਪਈਏ ਰੇਟ ਮੁੱਲ ਹੈ। ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਲੱਗਿਆ, ਇਹ ਦੁਪੱਟਾ ਪਿਓਰ ਦਾ, ਇਹਦੇ ਨਾਲ ਦੁਪੱਟਾ ਪਿਓਰ ਦਾ ਆ ਗਿਆ ਜੀ, 4 ਸਾਈਡ ਕੱਢਿਆ ਹੋਇਆ, ਸ਼ਾਨਦਾਰ ਕਢਾਈ ਹੈ, ਦੇਖੋ ਕਿੰਨੀ ਸੋਹਣੀ ਕਢਾਈ ਹੈ, ਕਿੰਨਾ ਸੋਹਣਾ ਸੂਟ ਹੈ, ਰੇਟ ਮੁੱਲ ਉਹੀ ਹੈ 1195 ਰੁਪਈਏ, 1195 ਪੰਡਤਾਂ ਦੀ ਹੱਟੀ, ਪੰਡਤਾਂ ਦੀ ਹੱਟੀ ਸ਼ਹਿਰ ਪਦੌੜ ਜੀ। ਰੰਗ ਸੋਹਣੇ ਆ, ਕਢਾਈਆਂ ਸੋਹਣੀਆਂ, ਰੇਟ ਮਿੱਠਾ, ਓਕੇ ਰਿਪੋਰਟ ਹੈ, ਸ਼ਾਨਦਾਰ ਸੂਟ ਲੈ ਕੇ ਜਾਓ ਪੰਡਤਾਂ ਦੀ ਹੱਟੀ ਤੋਂ, 1195 ਰੁਪਏ ਦੇ ਵਿੱਚ। ਧੀਆਂ ਭੈਣਾਂ ਦੇ ਦਾਜ ਬਰੀ ਦੇ ਵਿੱਚ ਢੋਣ ਵਾਲੇ ਸੂਟ ਹੈ, ਫੰਕਸ਼ਨਾਂ 'ਚ ਪਹਿਨਣ ਵਾਲੇ ਹੈ, ਗਿੱਧੇ 'ਤੇ ਜਾਗੋ 'ਤੇ ਪਹਿਨਣ ਵਾਲੇ ਸੂਟ ਹੈ, ਬਹੁਤ ਸ਼ਾਨਦਾਰ ਕੱਪੜਾ, ਬਹੁਤ ਸੋਹਣੀਆਂ ਕਢਾਈਆਂ, ਰੇਟ ਮੁੱਲ 1195 ਅੱਧੇ ਰੇਟਾਂ ਦੇ ਵਿੱਚ ਵੇਚ ਰਹੇ ਹਾਂ। 2022-2023 ਵਾਲਾ ਸੂਟ ਹੈ ਜਿਹੜਾ 1195 'ਚ ਜਾ ਰਿਹਾ ਪੰਡਤਾਂ ਦੀ ਹੱਟੀ 'ਤੇ, ਸੇਲ ਲੱਗੀ ਹੈ, ਸੇਲ ਮੇਲਾ ਲੱਗਿਆ, ਦੂਰੋਂ ਦੂਰੋਂ ਮੇਰੀਆਂ ਭੈਣਾਂ ਮੇਰੇ ਵੀਰ ਆ ਕੇ ਖਰੀਦਦਾਰੀ ਕਰ ਰਹੇ ਆ, ਦੇਖੋ ਕਿੰਨੀ ਸ਼ਾਨਦਾਰ ਕਢਾਈ ਹੈ, ਜਗਮਗ ਜਗਮਗ ਕਰਦੇ ਸੂਟ ਹੈ, ਪੰਡਤਾਂ ਦੀ ਹੱਟੀ ਹੈ, ਪੰਡਤਾਂ ਦੀ ਹੱਟੀ ਹੈ ਜੀ, ਸ਼ਹਿਰ ਪਦੌੜ ਹੈ, ਸ਼ਹਿਰ ਪਦੌੜ ਹੈ, ਸੋਹਣੇ ਸੋਹਣੇ ਸੂਟ ਹੈ, 1195 ਰੇਟ ਮੁੱਲ ਹੈ, ਰੇਟ ਮੁੱਲ 1195 ਪੰਡਤਾਂ ਦੀ ਹੱਟੀ, ਸੋਹਣੇ ਸੋਹਣੇ ਸੂਟ। ਇਹ ਸਾਰੇ ਸੂਟ ਮੁੱਕ ਗਏ ਸੀ, ਬਹੁਤ ਸਾਰੀਆਂ ਮੇਰੀਆਂ ਭੈਣਾਂ ਮੁੜ ਕੇ ਗਈਆਂ, ਉਹਨਾਂ ਨੂੰ ਬੇਨਤੀ ਹੈ, ਗੁਜ਼ਾਰਿਸ਼ ਹੈ ਜੀ, ਪੰਡਤਾਂ ਦੀ ਹੱਟੀ 'ਤੇ ਆ ਜਾਓ, 1195 ਰੁਪਏ ਵਾਲੇ ਸੂਟ ਦੁਬਾਰੇ ਫਿਰ ਆ ਗਏ, 1195 ਸੋਹਣੇ ਸੋਹਣੇ ਸੂਟ, ਪੰਡਤਾਂ ਦੀ ਹੱਟੀ, ਪੰਡਤਾਂ ਦੀ ਹੱਟੀ ਸ਼ਹਿਰ ਪਦੌੜ ਜੀ। ਸਬਰ ਦੀ ਰੋਟੀ ਖਾਂਦੇ ਹਾਂ, ਥੋੜ੍ਹੀ ਕਮਾਈ ਕਰਦੇ ਹਾਂ, ਥੋੜ੍ਹਾ ਲੈਂਦੇ ਹਾਂ ਨਫ਼ਾ, ਤਾਂ ਕਿ ਕਿਸੇ ਨੂੰ ਤਕਲੀਫ ਨਾ ਹੋਵੇ, ਕਿਸੇ ਦਾ ਨੁਕਸਾਨ ਨਾ ਹੋਵੇ, ਸਭ ਦੇ ਹੁਣ ਫਾਇਦੇ, ਜਿਹੜੇ ਮੇਰੇ ਭੈਣਾਂ ਮੇਰੇ ਵੀਰ
ਪੰਡਤਾਂ ਦੀ ਹੱਟੀ ਤੋਂ ਖਰੀਦਦਾਰੀ ਕਰਦੇ ਆ, ਸਭ ਦੇ ਰੱਜ ਰੱਜ ਕਰਦੇ ਆ ਫਾਇਦੇ, ਤੁਹਾਡੇ ਫਾਇਦੇ ਕਰਨ ਨੂੰ ਬੈਠੇ ਆ। ਸੋ ਨਾਲ ਸਾਡਾ ਤੋਰੀ ਫੁਲਕਾ ਚੱਲੀ ਜਾਂਦਾ, ਨਾਲ ਭੈਣ ਭਰਾਵਾਂ ਦੇ ਫਾਇਦੇ ਹੋਈ ਜਾਂਦੇ। 1195 ਰੁਪਈਏ ਅੱਧ ਮੁੱਲ, ਸੋਹਣੇ ਸੋਹਣੇ ਸੂਟ ਪੰਡਤਾਂ ਦੀ ਹੱਟੀ ਜਗਮਗ 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 ਕਰਦੇ ਸੂਟ। ਲਿਆਓ ਜੀ ਦੁਪੱਟਾ ਖੁੱਲ ਗਏ, ਮੂਹਰੀਆਂ ਵੀ ਕੱਢੀਆਂ, ਸ਼ਾਨਦਾਰ ਕਢਾਈ ਹੋਈ ਹੈ, ਕਿੰਨੀ ਸ਼ਾਨਦਾਰ ਸਾਫ਼ ਸੁਥਰੀ ਕਢਾਈ ਹੈ। ਦੁਪੱਟਾ ਸੋਹਣਾ ਲੱਗਿਆ, ਰੇਟ ਮੁੱਲ ਉਹੀ ਹੈ 1195 1195। ਲਿਆਓ ਜੀ ਕਹਿ ਸੂਟ। ਸੋ ਸ਼ਾਮ ਨੂੰ ਮਾਲ ਆਇਆ ਸੀ, ਬਹੁਤ ਸਾਰੀਆਂ ਮੇਰੀਆਂ ਭੈਣਾਂ ਮੁੜ ਕੇ ਗਈਆਂ, 1195 ਵਾਲੇ ਸੂਟ ਜਮ੍ਹਾਂ ਖਤਮ ਹੋ ਗਏ ਸੀ, ਕੋਈ ਵੀ ਸੂਟ ਨਹੀਂ ਸੀ ਰਿਹਾ। ਸ਼ਾਮ ਨੂੰ ਮਾਲ ਆਇਆ, ਹੁਣ ਵੀਡੀਓ ਪਾਉਣ ਲੱਗੇ ਹੈ। ਜਿਹੜੀਆਂ ਮੇਰੀਆਂ ਭੈਣਾਂ ਮੁੜ ਕੇ ਗਈਆਂ 1195 ਵਾਲੇ ਸੂਟਾਂ ਨੂੰ, ਉਹਨਾਂ ਨੂੰ ਬੇਨਤੀ ਹੈ ਆ ਜਾਓ, 1195 ਵਾਲੇ ਸੂਟ ਬਹੁਤ ਆ ਗਏ। ਸੋ ਇੱਕ ਦੋ ਦਿਨਾਂ ਦੇ ਵਿੱਚ ਆ ਕੇ ਲੈ ਜਾਓ, ਨਹੀਂ ਇਹ ਫੇਰ ਵਿਕ ਜਾਂਦੇ ਆ, ਤੇਜ਼ੀ ਨਾਲ ਵਿਕਦੇ ਆ, ਬਹੁਤ ਤੇਜ਼ੀ ਨਾਲ ਵਿਕਦੇ ਆ, ਰੇਟ ਬਹੁਤ ਘੱਟ ਰੱਖਿਆ ਵਾ ਇਸ ਲਈ ਬਹੁਤ ਹੀ ਤੇਜ਼ੀ ਨਾਲ ਵਿਕਦੇ ਆ। ਜਿਨ੍ਹਾਂ ਨੇ ਘਰੇ ਬੈਠੇ ਨੇ ਮੰਗਾਉਣੇ ਆ ਉਹ ਹੁਣੇ ਆਰਡਰ ਕਰ ਦਿਓ ਆਪਦਾ। ਇਹ 3D ਪੀਸ ਹੈ ਜੀ, ਸ਼ਰਟ ਅਲੱਗ, ਬੋਟਮ ਅਲੱਗ, ਦੁਪੱਟਾ ਅਲੱਗ, ਸੋਹਣੇ ਸੋਹਣੇ ਸੂਟ ਹੈ। ਪੰਡਤਾਂ ਦੀ ਹੱਟੀ ਹੈ, ਸ਼ਹਿਰ ਭਦੌੜ ਹੈ, ਕੁੜੀਆਂ ਵਾਲਾ ਬਾਜ਼ਾਰ ਹੈ, ਜਗਮਗ ਜਗਮਗ ਕਰਦੇ ਸੂਟ ਹੈ, ਰੇਟ ਮੁੱਲ ਮਿੱਠਾ ਜਾ, ਬਹੁਤ ਮਿੱਠਾ ਰੇਟ ਮੁੱਲ 1195, ਸਿਰਫ 1195। ਪੰਡਤਾਂ ਦੀ ਹੱਟੀ ਸ਼ਹਿਰ ਭਦੌੜ, ਪੁਰੀਆਂ ਵਾਲਾ ਬਾਜ਼ਾਰ, ਜਿੱਥੇ ਸੇਲ ਮੇਲਾ ਲੱਗਿਆ ਲੋਹੜੀ ਤੱਕ ਮਾਰੋ ਮਾਰ ਕਰਦੀ ਸੇਲ ਚੱਲਣੀ। ਸੋ ਆਓ ਜੀ ਪੰਡਤਾਂ ਦੀ ਹੱਟੀ ਤੋਂ ਖਰੀਦੋ, ਸਾਰੇ ਪੰਜਾਬ ਨੂੰ ਸਸਤਾ ਲੈ ਕੇ ਜਾਓ, ਅੱਧ ਰੇਟਾਂ 'ਚ ਲੈ ਕੇ ਜਾਓ। ਜਿਨ੍ਹਾਂ ਦੇ ਵਿਆਹ ਰੱਖੇ ਹੈ, ਜਿਨ੍ਹਾਂ ਭੈਣਾਂ ਭਰਾਵਾਂ ਨੇ ਨਾਨਕ ਛੱਕਾਂ ਭਰਨੀਆਂ, ਸ਼ਗਨ ਮਨਾਉਣੀਆਂ, ਲੋਹੜੀਆਂ ਵੰਡਣੀਆਂ, ਪੰਡਤਾਂ ਦੀ ਹੱਟੀ 'ਤੇ ਆ ਜਾਓ, ਸ਼ਹਿਰ ਭਦੌੜ ਦੇ ਵਿੱਚ ਪੁਰੀਆਂ ਵਾਲੇ ਬਾਜ਼ਾਰ ਦੇ ਵਿੱਚ। ਇੱਕੋ ਇੱਕ ਹੱਟ ਹੈ ਪੰਡਤਾਂ ਦੀ, ਜਿੱਥੇ ਅੱਧ ਮੁੱਲ ਦੇ ਵਿੱਚ ਬਜਾਜੀ ਵੇਚੀ ਜਾਂਦੀ ਹੈ, ਸ਼ਾਨਦਾਰ ਸੂਟ ਅੱਧੇ ਰੇਟਾਂ ਦੇ ਵਿੱਚ ਵੇਚੇ ਜਾਂਦੇ ਆ। ਸੋ ਨੇੜੇ ਭਾਂਡਿਆਂ ਵਾਲੀ ਦੁਕਾਨ ਹੈ ਜਿੱਥੇ ਸੇਲ ਮੇਲਾ ਲੱਗਿਆ ਪੰਡਤਾਂ ਦੀ ਹੱਟੀ 'ਚ, ਲੋਹੜੀ ਤੱਕ ਸੇਲ ਚੱਲਣੀ ਹੈ, ਆ ਜਾਓ ਜੀ। ਜੀ ਆਇਆਂ ਨੂੰ ਧੰਨਵਾਦੀ ਹੈ, ਸ਼ੁਕਰਗੁਜ਼ਾਰ ਹੈ ਸਾਰੇ ਭੈਣ ਭਰਾਵਾਂ ਦੇ ਜਿਹੜੇ ਪੰਡਤਾਂ ਦੀ ਹੱਟੀ ਨੂੰ ਸਾਥ ਅਤੇ ਸਹਿਯੋਗ ਦਿੰਦੇ ਆ, ਪੰਡਤਾਂ ਦੀ ਹੱਟੀ ਤੋਂ ਖਰੀਦਦਾਰੀ ਕਰਦੇ ਆ, ਚਾਹੇ ਔਨਲਾਈਨ ਖਰੀਦਦਾਰੀ ਕਰਦੇ ਆ, ਚਾਹੇ ਪੰਡਤਾਂ ਦੀ ਹੱਟੀ 'ਤੇ ਆ ਕੇ ਖਰੀਦਦਾਰੀ ਕਰਦੇ। ਆਓ ਜੀ ਆਇਆਂ ਨੂੰ ਬਹੁਤ ਬਹੁਤ ਮਿਹਰਬਾਨੀ।